ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹ ਸਪੈਸ਼ਲ ਤੁਹਾਡੇ ਜਿਹੜੇ ਕਮੈਂਟਸ ਹਨ ਉਹਨਾਂ ਦੇ ਜਵਾਬ ਦੇ ਵਿੱਚ ਬਣਾਈ ਜਾ ਰਹੀ ਹੈ ਬਹੁਤ ਸਾਰੇ ਵੀਰ ਜਿਨ੍ਹਾਂ ਦਾ ਕੰਮ ਕਰ ਇਟਲੀ ਵਿੱਚ ਉਹ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਨ ਤੇ ਹੌਲੀ ਹੌਲੀ ਜਦੋਂ ਬੰਦਾ ਮਿਹਨਤ ਕਰਦਾ ਹੈ ਤੇ ਉਸ ਦੇ ਕੋਲ ਕੁਝ ਨਾ ਕੋਈ ਤਾਂ ਸੇਵਿੰਗ ਵਗੈਰਾ ਉਸ ਦੀ ਜਿਹੜੀ ਹੁੰਦੀ ਹੈ ਜੀ ਬੈਂਕ ਦੇ ਵਿੱਚ ਬਚਦੀ ਹੈ ਕਿਉਂਕਿ ਬੈਂਕਾਂ ਦੇ ਵਿੱਚ ਜਿਆਦਾਤਰ ਤਨਖਾਹ ਲੋਕਾਂ ਦੀ ਆਉਂਦੀ ਹੈ ਤੇ ਜਿੰਨੇ ਪੈਸੇ ਬੰਦੇ ਨੂੰ ਚਾਹੀਦੇ ਹੁੰਦੇ ਹਨ ਬੰਦਾ ਕਢਵਾ ਲਿੰਦਾ ਹੈ ਤੇ ਬਾਕੀ ਕਈ ਵਾਰ ਕੀ ਹੁੰਦਾ ਹੈ ਕਿ ਥੋੜੇ ਥੋੜੇ ਕਰਕੇ ਕਈ ਵਾਰ ਬੰਦੇ ਦੇ ਕੋਲ ਪੈਸੇ ਜ਼ਿਆਦਾ ਹੋ ਜਾਂਦੇ ਹਨ ਅਗਰ ਉਸ ਦੀ ਜਿਹੜੀ ਇਨਕਮ ਹੈ ਉਹ ਜ਼ਿਆਦਾ ਹੈ ਤੇ ਖਰਚੇ ਘੱਟ ਹਨ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਫੈਮਿਲੀ ਵਿੱਚ ਅਗਰ ਜ਼ਿਆਦਾ ਬੰਦੇ ਕੰਮ ਕਰ ਰਹੇ ਹਨ ਜਿਦਾਂ ਕਿ ਬੱਚੇ ਵੀ ਵੱਡੇ ਹੋ ਜਾਂਦੇ ਹਨ ਤੇ ਤਿੰਨ ਚਾਰ ਬੰਦੇ ਅਗਰ ਫੈਮਿਲੀ ਵਿੱਚ ਕੰਮ ਕਰਦੇ ਹਨ ਤਾਂ ਉਹਨਾਂ ਦਾ ਫਿਰ ਤੁਹਾਨੂੰ ਪਤਾ ਹੈ ਕਿ ਜਿਦਾਂ ਕਿ 5 ਜਾਂ 6000 ਯੂਰੋ ਵੀ ਹਰ ਮਹੀਨੇ ਆਉਂਦਾ ਹੈ ਤੋ ਉਹ ਪੈਸਾ ਬੰਦਾ ਇੰਨਾ ਕਿੱਥੇ ਖਰਚ ਕਰੇਗਾ ਫਿਰ ਉਹ ਅਕਾਊਂਟ ਦੇ ਵਿੱਚ ਹੀ ਹੌਲੀ ਹੌਲੀ ਪੈਸੇ ਵੱਧਦੇ ਜਾਂਦੇ ਹਨ ਪਰੰਤੂ ਕੀ ਸਰਕਾਰ ਦੇ ਕੋਲ ਬੈਂਕਾਂ ਦੇ ਵਿੱਚ ਵੀ ਇੰਨਾ ਜ਼ਿਆਦਾ ਇੱਥੇ ਪੈਸਾ ਜਮ੍ਹਾਂ ਹੋ ਚੁੱਕਾ ਹੈ ਕੀ ਸਰਕਾਰ ਸੋਚੇ ਜੇ ਕਿ ਇਸ ਪੈਸੇ ਨੂੰ ਕਿਵੇਂ ਹਲਚਲ ਦੇ ਵਿੱਚ ਲਿਆਂਦਾ ਜਾਵੇ ਮਤਲਬ ਮਾਰਕੀਟ ਦੇ ਵਿੱਚ ਇਸ ਨੂੰ ਕਿਵੇਂ ਲਿਆਂਦਾ ਜਾ ਸਕੇ ਇੱਥੇ ਤੁਹਾਨੂੰ ਇਹ ਵੀ ਦੱਸੀਏ ਕਿ ਜਿਹੜੇ ਬੈਂਕ ਡਿਪੋਜ਼ਿਟ ਹਨ ਇਟਲੀ ਦੇ ਵਿੱਚ ਜਿਹੜੇ ਲੋਕਾਂ ਨੇ ਪੈਸੇ ਬੈਂਕਾਂ ਵਿੱਚ ਜਮ੍ਹਾਂ ਕਰਾਏ ਹਨ ਉਹਨਾਂ ਦਾ ਜਿਹੜਾ ਅਮਾਊਂਟ ਹੈ ਜੀ 1746 ਬਿਲੀਅਨ ਯੂਰੋ ਤੱਕ ਜਿਹੜੀ ਇਹ ਰਕਮ ਪਹੁੰਚ ਚੁੱਕੀ ਹੈ ਬਹੁਤ ਵੱਡੀ ਰਕਮ ਹੈ ਵੈਸੇ ਵੀ ਇਟਲੀ ਦੇ ਵਿੱਚ ਅਗਰ ਕੋਈ ਬੰਦਾ ਮੰਨ ਲਓ ਬੈਂਕਾਂ ਦੇ ਵਿੱਚ ਉਸਦੇ ਪੈਸੇ ਪਏ ਹੋਏ ਹਨ ਉਸ ਤੇ ਉਤ ਵਿਆਜ ਵਗੈਰਾ ਤੇ ਜਿਹੜਾ ਕੋਈ ਇੰਡੀਆ ਵਾਂਗੂ ਕਿਸੇ ਨੂੰ ਮਿਲਦਾ ਨਹੀਂ ਹੈ ਬਹੁਤ ਥੋੜਾ ਵਿਆਜ ਹੁੰਦਾ ਹੈ ਹੋ ਸਕਦਾ ਹੈ ਕਿ ਕੁਝ ਪੈਸਿਆਂ ਦੇ ਹਿਸਾਬ ਦੇ ਨਾਲ ਹੀ ਵਿਆਜ ਹੋਵੇ ਜਿੱਦਾਂ ਕਿ 0.25% ਇਸ ਕਰਕੇ ਵਿਆਜ ਤਾਂ ਤੁਸੀਂ ਬੈਂਕਾਂ ਦੇ ਵਿੱਚੋਂ ਕਮਾ ਹੀ ਨਹੀਂ ਸਕਦੇ ਤੇ ਅਗਰ ਤੁਹਾਡੇ ਕੋਲ ਪੈਸੇ ਹਨ ਵੀ ਤਦ ਤੁਹਾਨੂੰ ਕੋਈ ਫਾਇਦਾ ਨਹੀਂ ਉਸ ਦਾ ਬੈਨੀਫਿਟ ਨਹੀਂ ਹੋ ਸਕਦਾ ਤੁਸੀਂ ਉਸ ਦੇ ਵਿਆਜ ਦੇ ਨਾਲ ਜਿਹੜੀ ਜ਼ਿੰਦਗੀ ਹੈ ਜੀ ਇਟਲੀ ਦੇ ਵਿੱਚ ਬਿਲਕੁਲ ਵੀ ਨਹੀਂ ਕੱਢ ਸਕਦੇ ਉਸ ਤੋਂ ਬਾਅਦ ਅਗਰ 5000 ਯੂਰੋ ਤੋਂ ਤੁਹਾਡਾ ਜਿਹੜਾ ਅਮਾਉਂਟ ਹੈ ਜੀ ਬੈਂਕ ਦੇ ਵਿੱਚ ਉੱਪਰ ਹੋ ਜਾਂਦਾ ਤੁਹਾਡੇ ਇੱਕ ਅਕਾਊਂਟ ਦੇ ਵਿੱਚ ਤਫੀਜ ਤੁਹਾਨੂੰ ਇੱਕ ਸਟੈਂਪ ਡਿਊਟੀ ਵੀ ਦੇਣੀ ਪੈਂਦੀ ਹੈ 35 36 ਯੂਰੋ ਦੇ ਆਸ-ਪਾਸ ਚਲੋ ਉੱਥੋਂ ਤੱਕ ਵੀ ਬੰਦਾ ਮੰਨ ਲੈਂਦਾ ਹੈ ਪਰੰਤੂ ਜਿਹੜਾ ਹੁਣ ਇੱਕ ਨਵਾਂ ਫੈਸਲਾ ਆ ਰਿਹਾ ਹੈ ਇਹਦੇ ਵਿੱਚ ਉਹਨਾਂ ਲੋਕਾਂ ਨੂੰ ਘਾਟਾ ਪੈਗਾ ਜਿਨ੍ਹਾਂ ਦੇ ਜ਼ਿਆਦਾ ਪੈਸੇ ਬੈਂਕਾਂ ਦੇ ਵਿੱਚ ਹਨ ਜੇ ਕਿਸੇ ਦੇ ਕੋਲ 10 ਵੀ ਹਜ਼ਾਰ ਯੂਰੋ ਹੈ 5000 10000 15 ਤਾਂ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪੈਗਾ ਜੇ ਕਿਸੇ ਦੇ ਕੋਲ ਜ਼ਿਆਦਾ ਪੈਸਾ ਹੈ ਜਿਸ ਨੇ ਬੈਂਕਾਂ ਦੇ ਵਿੱਚ ਰੱਖੇ ਹੋਏ ਹਨ ਉਹਨਾਂ ਦੇ ਉੱਤੇ ਇਸ ਚੀਜ਼ ਦਾ ਜਿਹੜਾ ਅਸਰ ਹੈ ਉਹ ਪੈ ਸਕਦਾ ਹੈ ਇਹਦੇ ਵਿੱਚ ਇਸ ਤਰ੍ਹਾਂ ਹੋਏਗਾ ਕੀ ਬੈਂਕਾਂ ਜਿਹੜੀਆਂ ਹਨ ਹੁਣ ਉਹ ਕਟੌਤੀ ਕਰਨ ਗਈਆਂ ਹੁਣ ਇਥੇ ਇਟਲੀ ਦੇ ਵਿੱਚ ਜਿਹੜੀ ਇੱਕ ਓਨੀ ਕ੍ਰੈਡਿਟ ਬੈਂਕ ਹੈ ਜੀ ਇੱਕ ਹੈਕ ਬੈਂਕ ਬੀ ਪੀਰ ਤੇ ਇਸ ਤੋਂ ਬਾਅਦ ਇੱਕ ਬੈਂਕ ਹੋਰ ਹੈ ਜੀ ਬੀ ਐਨ ਐਲ ਇਹਨਾਂ ਦੀ ਕੁਝ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਇਹਨਾਂ ਨੇ ਜਿਹੜਾ ਇੱਕ ਸੁਪਰ ਕਮਿਸ਼ਨ ਸ਼ੁਰੂ ਕਰਨਾ ਹੈ ਜੀ ਨੌਨ ਰਿਟੇਲ ਅਕਾਊਂਟ ਜਿਹੜੇ ਹਨ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਓਨੀ ਕ੍ਰੈਡਿਟ ਓਨੀ ਕ੍ਰੈਡਿਟ ਤੋਂ ਬੈਂਕ ਕਹਿੰਦੀਆਂ ਜਿਹੜਾ ਲਿਨ ਪੋਸ਼ਾ ਵੀ ਦੇਖੀਏ ਤੇ ਇੰਗਲਿਸ਼ ਵਿੱਚ ਆਪਾਂ ਇਸ ਨੂੰ ਓਨੀ ਕ੍ਰੈਡਿਟ ਕਹਿ ਸਕਦੇ ਹਾਂ ਇਸ ਬੈਂਕ ਨੇ ਕੀ ਕੀਤਾ ਹੈ ਕਿ ਜੇ ਕਿਸੇ ਵੀ ਬੰਦੇ ਦਾ 1 ਲੱਖ ਯੂਰੋ ਤੱਕ ਦਾ ਸਟਾਕ ਬੈਂਕ ਦੇ ਵਿੱਚ ਪਿਆ ਹੈ ਤਾਂ ਉਹਦੇ ਉੱਤੇ 0.5 ਜਿਹੜਾ ਹੈ ਜਿਹੋ ਲਿਕুইਡਿਟੀ ਕਮਿਸ਼ਨ ਜਿਹੜਾ ਹੈ ਜਿਹੋ ਲੱਗ ਸਕਦਾ 0.5% ਇਹਦਾ ਮਤਲਬ ਕੀ ਹੈ 0.5% ਦਾ ਮੰਨ ਲਓ ਤੁਹਾਡਾ ਬੈਂਕ ਦੇ ਵਿੱਚ 1 ਲੱਖ ਯੂਰੋ ਰਕਮ ਸੇਵਿੰਗ ਹੈ 1 ਲੱਖ ਯੂਰੋ ਦੀ ਤਾਂ 0.5% ਦੇ ਹਿਸਾਬ ਦੇ ਨਾਲ ਜਿਹੜੀ ਰਕਮ ਬਣਦੀ ਹੈ 500 ਯੂਰੋ ਬਣਦੀ ਹੈ 1 ਲੱਖ ਦੇ ਪਿੱਛੇ ਹੁਣੇ ਜਿਹੜੀ 500 ਯੂਰੋ ਦੀ ਰਕਮ ਹੈ ਇਹ ਮਤਲਬ ਤੁਹਾਨੂੰ ਬੈਂਕ ਨਹੀਂ ਦੇਵੇਗੀ ਉਲਟ ਤੁਹਾਡੇ ਕੋਲੋਂ ਬੈਂਕ ਦੇ ਜਿਹੜੇ ਅਕਾਊਂਟ ਦੇ ਵਿੱਚੋਂ ਕੱਟ ਲਿਆ ਜਾਏਗਾ ਪੈਸਾ ਇਹਦੇ ਵਿੱਚ ਜਿਹੜਾ ਕਾਨੂੰਨ ਇਹ ਕਹਿੰਦਾ ਹੈ ਕਿ ਜਿਹੜਾ ਪੈਸਾ ਹੈ ਇਹ ਮਤਲਬ ਜਿਹੜੀ ਫੀਸ ਕਿਉਂ ਕੱਟੀ ਜਾਂਦੀ ਇਹਨੂੰ ਕਹਿੰਦੇ ਹਨ ਐਕਸੈਸ ਲਿਕুইਡਿਟੀ ਫੀ ਮਤਲਬ ਜਿਆਦਾ ਮਾਤਰਾ ਵਿੱਚ ਪੈਸਾ ਹੋਣ ਦੀ ਜਿਹੜੀ ਤੁਸੀਂ ਬੈਂਕ ਦੇ ਵਿੱਚ ਰੱਖਦੇ ਹੋ ਜਿਆਦਾ ਮਾਤਰਾ ਵਿੱਚ ਪੈਸਾ ਉਸ ਦੀ ਇੱਕ ਫੀਸ ਹੈ ਇਸ ਤੋਂ ਇਲਾਵਾ ਦੂਸਰੀ ਬੈਂਕ ਬੀਪੇਅਰ ਬੈਂਕ ਹੈ ਇਸ ਨੇ ਵੀ ਇੱਕ ਨਵੀਂ ਚੀਜ਼ ਇੰਟਰੋਡਿਊਸ ਕੀਤੀ ਹੈ ਇਸ ਨੇ ਕੀ ਕੀਤਾ ਹੈ ਕਿ ਇੱਕ CLR ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿੱਦਾਂ ਕਿ ਨਵੇਂ ਜਿਹੜੇ ਕਰੰਟ ਅਕਾਊਂਟ ਹੋਣਗੇ ਓਪਨਿੰਗ ਜੇ ਕੋਈ ਕਰਾਏਗਾ ਇਹਨਾਂ ਉੱਤੇ ਜਿਹੜਾ ਇਹ ਲਾਗੂ ਕਰ ਦਿੱਤਾ ਜਾਏਗਾ ਪਰੰਤੂ ਇਹ ਉਹਨਾਂ ਅਕਾਊਂਟ ਦੇ ਉੱਤੇ ਲਾਗੂ ਹੋਊਗਾ ਜਿਨ੍ਹਾਂ ਦੇ ਵਿੱਚ 1 ਲੱਖ ਯੂਰੋ ਤੋਂ ਜਿਹੜੀ ਰਕਮ ਹੈ ਜੀ ਜਦੋਂ ਉੱਪਰ ਜਾਏਗੀ ਇਸ ਤੋਂ ਲਾਵਾ ਇੱਕ ਹੋਰ ਬੈਂਕ ਹੈ ਜੀ ਆਪਾਂ ਗੱਲ ਕਰੀਏ BNL ਬੈਂਕ ਤੇ ਜਿਹਨੂੰ ਆਪਾਂ BNP ਪਾਰੀਬਾਸ ਗਰੁੱਪ ਦੇ ਵਿੱਚ ਆਉਂਦਾ ਹੈ ਜੀ ਬੈਂਕ ਇਹ ਇਹਦੇ ਵਿੱਚ ਜਿਹੜੇ ਇਹਨਾਂ ਨੇ ਇੱਕ ਦੱਸਿਆ ਹੈ ਇਹਨਾਂ ਦੇ ਅਕੋਰਡਿੰਗ 1000 ਦੀ ਐਵਰੇਜ ਜਿਹੜੀ ਹੈ 1000 ਯੂਰੋ ਮਤਲਬ ਹਰ 3 ਮਹੀਨੇ ਬਾਅ ਇਹ ਬੈਂਕ ਦੇ ਵਿੱਚੋਂ ਕੱਟਿਆ ਜਾਵੇਗਾ ਇਹ ਹੁਣ ਕਿਸ ਰਕਮ ਦੇ ਉੱਤੇ ਕੱਟਿਆ ਜਾਵੇਗਾ 1 ਮਿਲੀਅਨ ਯੂਰੋ ਅਗਰ 1 ਮਿਲੀਅਨ ਯੂਰੋ ਤਾਂ ਚਲੋ ਬਹੁਤ ਵੱਡੀ ਰਕਮ ਹੋ ਜਾਂਦੀ ਹੈ 10 ਲੱਖ ਯੂਰੋ ਦੀ ਇਹਦੇ ਵਿੱਚ ਤਾਂ ਜਿਹੜੇ ਆਪਣੇ ਪੰਜਾਬੀ ਵੀਰ ਹਨ ਬਹੁਤ ਬਿਰਲਾ ਬਿਰਲਾ ਇਸ ਕੈਟਾਗਰੀ ਦੇ ਵਿੱਚ ਆਉਂਦਾ ਹੈ ਨਹੀਂ ਤਾਂ ਜ਼ਿਆਦਾਤਰ ਲੋਕ ਜਿਹੜੇ ਹਨ ਉਹ ਤਕਰੀਬਨ 1 ਲੱਖ ਦੀ ਕੈਟਾਗਰੀ ਵਿੱਚ ਤਾਂ ਆਪਣੇ ਬਹੁਤ ਲੋਕ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਦੋ ਜਾਂ ਤਿੰਨ ਬੰਦੇ ਕੰਮ ਕਰਦੇ ਹਨ ਉਹ 1 ਲੱਖ ਵਾਲੀ ਕੈਟਾਗਰੀ ਵਿੱਚ ਜਾਂ ਇਸ ਤੋਂ ਉੱਪਰ ਵਾਲੀ ਸ਼੍ਰੇਣੀ ਵਿੱਚ ਆਰਾਮ ਦੇ ਨਾਲ ਆ ਜਾਂਦੇ ਹਨ ਜੇ ਕੋਈ ਬੰਦਾ ਇੱਕ ਬੰਦਾ ਕੰਮ ਕਰ ਰਿਹਾ ਹੈ ਉਸ ਦੀ ਜਿਹੜੀ ਸੰਭਾਵਨਾ ਹੈ ਜੀ 1 ਲੱਖ ਯੂਰੋ ਵਿੱਚ ਆਉਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਕਿਉਂਕਿ ਜਿੰਨਾ ਉਸ ਦਾ ਖਰਚਾ ਹੁੰਦਾ ਹੈ ਓਨੀ ਹੀ ਉਸ ਦੀ ਮੰਨ ਲਓ ਕਿ ਸੈਲਰੀ ਵਗੈਰਾ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਅਸਰ ਉਹਨਾਂ ਲੋਕਾਂ ਦੇ ਉੱਤੇ ਇਸ ਚੀਜ਼ ਦਾ ਵੀਰਾਂ ਤੇ ਪਏਗਾ ਜਿਨ੍ਹਾਂ ਦਾ 1 ਲੱਖ ਦੇ ਆਸ-ਪਾਸ ਦਾ ਜਿਹੜਾ ਅਕਾਊਂਟ ਬੈਂਕਾਂ ਦੇ ਵਿੱਚ ਰਕਮ ਪਈ ਹੋਈ ਹੈ ਬਾਕੀ ਇਸ ਤੋਂ ਇਲਾਵਾ ਜਿਹੜੀ ਬੰਕਾ ਬੀਪੀਐਮ ਬੈਂਕ ਹੈ ਬੰਕਾ ਪਪੂਲਰਿਟੀ ਮਿਲਾਨੂੰ ਇਸ ਦਾ ਵੀ ਇਸ ਦੇ ਵਿੱਚ ਨਾਮ ਸ਼ਾਮਿਲ ਹੈ ਇਹ ਬੈਂਕ ਵੀ ਜਿਹੜੀ ਹੈ ਜੀ ਇਸ ਤਰ੍ਹਾਂ ਦੇ ਜਿਹੜੇ ਹੁਣ ਜਿਸ ਇਨਸੈਂਟਿਵ ਹੈ ਜਿਹੜਾ ਮੌਲਿਕਤਾ ਇਨਸੈਂਟਿਵ ਹੁੰਦਾ ਜਿਹ ਕੋਈ ਵਿਆਜ ਮਿਲਦਾ ਹੈ ਡੀ ਇਨਸੈਂਟਿਵ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਡੇ ਕੋਲ ਉਹਨਾਂ ਨੇ ਲੈ ਲੈਣਾ ਹੈ ਇਹਦੇ ਵਿੱਚ ਦੂਜੀ ਜਿਹੜੀ ਇਟਲੀ ਦੀ ਇੱਕ ਬਹੁਤ ਵੱਡੀ ਬੈਂਕ ਹੈ ਇੰਤੇਜ਼ਾ ਸਨ ਪਾਲੋ ਇਹਦਾ ਵੀ ਨਾਮ ਆ ਰਿਹਾ ਹੈ ਤੇ ਐਮ ਪੀ ਐਸ ਦਾ ਵੀ ਨਾਮ ਇਸ ਦੇ ਵਿੱਚ ਆ ਰਿਹਾ ਹੈ ਬਾਕੀ ਦੇ ਨਾਲ ਇੱਕ ਤੁਹਾਨੂੰ ਥੋੜੀ ਜਿਹੀ ਵਧੀਆ ਖਬਰ ਦੱਸ ਦਿਆਂ ਕਿ ਜਿਹੜੀ ਬੈਂਕ ਕੋ ਇੰਤੇਜ਼ਾ ਸਨ ਪਾਲੋ ਇਹਨੇ ਇਹ ਗੱਲ ਕਹੀ ਹੈ ਇਸਨੇ ਜਿਹੜਾ ਕਮਿਸ਼ਨ ਵਗੈਰਾ ਦਾ ਕੰਮ ਹੈ ਜੇ ਬਿਲਕੁਲ ਸ਼ੁਰੂ ਨਹੀਂ ਕੀਤਾ ਮਤਲਬ ਕਮਿਸ਼ਨ ਜਿਹੜਾ ਹੈ ਜੀ ਲੋਕਾਂ ਦੇ ਉੱਤੇ ਨਹੀਂ ਲਾਇਆ ਜਾਏਗਾ ਪਰantu ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਨਵਿੰਸ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਜਿਨ੍ਹਾਂ ਦੇ ਖਾਤੇ ਇਸ ਬੈਂਕ ਦੇ ਵਿੱਚ ਹਨ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਤੁਸੀਂ ਆਪਣੇ ਕਰੰਟ ਅਕਾਊਂਟ ਵਗੈਰਾ ਹਨ ਉਹਨਾਂ ਵਿੱਚ ਜਿਹੜਾ ਪੈਸਾ ਜ਼ਿਆਦਾ ਰੱਖਦੇ ਹੋ ਉਸ ਦਾ ਕੋਈ ਵੀ ਫਾਇਦਾ ਨਹੀਂ ਹੈ ਇਹ ਵੈਲਿਊ ਜਿੱਦਾਂ ਕਿ ਉਸ ਦੀ ਇੱਕ ਲਾਸ ਕਰਨ ਵਾਲਾ ਸਾਬ ਹੈ ਇਸ ਕਰਕੇ ਤੁਸੀਂ ਇਸ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰੋ ਬਾਕੀ ਜਦੋਂ ਐਮ ਪੀ ਐਸ ਬੈਂਕ ਤੋਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਜਿਹੜਾ ਉਹਨਾਂ ਦਾ ਜਵਾਬ ਸੀ ਉਹਨਾਂ ਨੇ ਨੋ ਕਮੈਂਟ ਦੇ ਵਿੱਚ ਜਵਾਬ ਦਿੱਤਾ ਹੈ ਫਿਲਹਾਲ ਇਸ ਦੇ ਬਾਰੇ ਕੋਈ ਜਵਾਬ ਨਹੀਂ ਦਿੰਦਾ ਹੈ ਬਾਕੀ ਇਥੇ ਤੁਹਾਨੂੰ ਇਹ ਪਤਾ ਜੀ ਕਿ ਜਿਹੜੀ ਸਕੀਮ ਹੈ ਜੀ ਇਹ ਕੱਲੀ ਇਟਲੀ ਦੇ ਵਿੱਚ ਨਹੀਂ ਚੱਲ ਜਰਮਨ ਦੇ ਵਿੱਚ ਇਹ ਸਕੀਮ ਪਹਿਲਾਂ ਹੀ ਸਟਾਰਟ ਹੋ ਚੁੱਕੀ ਹੈ ਜਰਮਨ ਦੇ ਵਿੱਚ 2019 ਦੇ ਐਂਡ ਦੇ ਵਿੱਚ ਇਹ ਸਕੀਮ ਸਟਾਰਟ ਹੋਈ ਸੀ ਇਸ ਤਰ੍ਹਾਂ ਜਰਮਨ ਦੇ ਵਿੱਚ ਜਿਹੜਾ 네ਗਟਿਵ ਇੰਟਰਸਟ ਰੇਟ ਹੈ ਜੋ ਚੱਲ ਰਿਹਾ ਹੈ ਜਿਹੜੇ ਵੀ ਅਕਾਊਂਟ ਕਸਟਮਰ ਹਨ ਜਿਹੜੇ ਬੈਂਕਾਂ ਦੇ ਕਸਟਮਰ ਉਹਨਾਂ ਦੇ ਉੱਤੇ ਵੀ ਚੱਲ ਰਿਹਾ ਤੇ ਜਿਹੜੇ ਪ੍ਰਾਈਵੇਟ ਕਸਟਮਰ ਹਨ ਉਹਨਾਂ ਦੇ ਉੱਪਰ ਵੀ ਇਹ ਜਿਹੜਾ ਅਕਾਊਂਟ ਦਾ ਸਿਸਟਮ ਹੈ ਜੀ ਸਾਰਾ ਲਾਗੂ ਹੋ ਚੁੱਕਾ ਹੈ ਇਹਦੇ ਵਿੱਚ ਇਦਾਂ ਇੱਕ ਜਿਹੜੀ ਉੱਥੋਂ ਦੀ ਬੈਂਕ ਹੈ ਇੱਕ ਬਹੁਤ ਵੱਡੀ ਬੈਂ ਜਿਹੜੀ ਕਿ ਦੂਜੀ ਜਰਮਨ ਦੀ ਸਭ ਤੋਂ ਵੱਡੀ ਬੈਂਕ ਹੈ ਇੱਕ ਬੈਂਕ ਹੈ ਜੋ ਕੋਆਪਰੇਟਿਵ ਬੈਂਕ ਜਰਮਨ ਕੋਆਪਰੇਟਿਵ ਬੈਂਕ ਇਹਨੇ ਵੀ ਜਿਹੜਾ ਅਪਲਾਈ ਇਹ ਕਰ ਦਿੱਤਾ ਹੈ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ 0.5% ਨੈਗੇਟਿਵ ਦੇ ਵਿੱਚ ਜੇ 1 ਲੱਖ ਤੋਂ ਉੱਪਰ ਤੁਹਾਡਾ ਡਿਪੋਜ਼ਿਟ ਹੋ ਜਾਂਦਾ ਹੈ ਤੇ 0.5% ਮਤਲਬ 1 ਲੱਖ ਦੇ ਪਿੱਛੇ 500 ਯੂਰੋ ਤੇ ਜਿਹੜੀ ਕਟੌਤੀ ਹੈ ਜੀ ਤੁਹਾਡੇ ਅਕਾਊਂਟ ਦੇ ਵਿੱਚੋਂ ਆਪਣੇ ਆਪ ਹੀ ਕਰ ਲਈ ਜਾਏਗੀ ਤੇ ਤੁਹਾਨੂੰ ਮਤਲਬ ਕੁਝ ਵੀ ਨਹੀਂ ਪੁੱਛਿਆ ਜਾਏਗਾ ਤੁਹਾਡੀ ਜਿਹੜੀ ਰਕਮ ਹੈ 1 ਲੱਖ ਸਪੋਜ਼ ਕਰੋ ਕਿ 1 ਲੱਖ ਯੂਰੋ ਤੁਸੀਂ ਬੈਂਕ ਦੇ ਵਿੱਚ ਰੱਖਿਆ ਹੈ ਉਸ ਦੇ ਵਿੱਚੋਂ ਕਮਿਸ਼ਨ ਕੱਟ ਕੇ ਤੁਹਾਡੇ ਪੱਲੇ 99500 ਯੂਰੋ ਬਚੇਗਾ ਤੇ ਅਗਲੀ ਵਾਰੀ ਫਿਰ ਦੁਬਾਰਾ 500 ਯੂਰੋ ਵਿੱਚੋਂ ਕੱਟ ਲਿਆ ਜਾਏਗਾ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਲਾਸ ਬੰਦੇ ਨੂੰ ਹੋਏਗਾ ਇਹਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇ ਤੁਹਾਡੇ ਅਕਾਊਂਟ ਦੇ ਵਿੱਚ 5000 ਯੂਰੋ ਤੋਂ ਘੱਟ ਦੀ ਰਕਮ ਹੈ ਤਾਂ ਇਹਦੇ ਵਿੱਚ ਇਹ ਹੁੰਦਾ ਹੈ ਕਿ 34 ਯੂਰੋ ਤੇ 20 ਸੈਂਟ ਜਿਹੜਾ ਇੱਕ ਟੈਕਸ ਤੁਹਾਨੂੰ ਦੇਣਾ ਪੈਂਦਾ ਹੈ ਇੰਪੋਸਟਾ ਦੀ ਬੋਲੋ ਇੱਕ ਸਾਲ ਦੀ ਹੁੰਦੀ ਹੈ ਤੁਹਾਨੂੰ ਉਹ ਵੀ ਨਹੀਂ ਦੇਣੀ ਪੈਂਦੀ ਅਗਰ 5000 ਯੂਰੋ ਤੋਂ ਘੱਟ ਦੀ ਰਕਮ ਤੁਹਾਡੇ ਅਕਾਊਂਟ ਦੇ ਵਿੱਚ ਹੈ ਤਾਂ ਫਿਰ ਜਿਹੜਾ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇਣਾ ਪੈਂਦਾ ਬਿਸ਼ਰਤੇ ਤੁਸੀਂ ਕਮਾ ਵੀ ਕੁਝ ਨਹੀਂ ਰਹੀਂ ਮੁੱਲਜ ਹੋ ਸਕਦਾ ਹੈ ਕਿ ਜਿਹੜਾ ਵਿਆਜ ਦੇ ਰੂਪ ਦੇ ਵਿੱਚ ਹੋ ਸਕਦਾ ਤੁਹਾਨੂੰ 10 ਪੈਸੇ ਜਾਂ 20 ਪੈਸੇ ਹੀ ਮਿਲਣ ਇਸ ਤੋਂ ਜ਼ਿਆਦਾ ਤੁਸੀਂ ਆਸ ਨਹੀਂ ਕਰ ਸਕਦੇ ਪੈਸੇ ਤੋਂ ਭਾਵ ਮਤਲਬ ਜ਼ੀਰੋ ਜਿੱਦਾਂ ਕਿ ਸੈਂਟ ਵਗੈਰਾ ਇੱਕ ਨਾਰਮਲ ਤੌਰ ਤੇ ਆਪਣੇ ਮੂੰਹੋਂ ਪੈਸਾ ਹੀ ਨਿਕਲ ਜਾਂਦਾ ਹੈ ਬਾਕੀ ਹੁਣ ਸਵਾਲ ਇਹ ਉੱਠਦਾ ਹੈ ਕਿ ਜਿੱਦਾਂ ਕਿ ਇਟਲੀ ਵਿੱਚ ਕਈਆਂ ਲੋਕਾਂ ਦੇ ਕੋਲ ਜਿਹੜੀ ਇਸ ਇਸ ਤਰ੍ਹਾਂ ਦੀ ਸਟਰੈਂਥ ਹੈ ਕਿ ਬੈਂਕ ਦੇ ਵਿੱਚੋਂ ਪੈਸਾ ਉਹਨਾਂ ਨੂੰ ਰੱਖਣਾ ਹੀ ਪਏਗਾ ਕਿਉਂਕਿ ਉਹਨਾਂ ਦੀਆਂ ਜਿੰਨੀਆਂ ਸੈਲਰੀਜ਼ ਵਗੈਰਾ ਆ ਰਹੀਆਂ ਹਨ ਉਸ ਸਾਹ ਦੇ ਨਾਲ ਖਰਚਾ ਨਹੀਂ ਹੈ ਤੇ ਉਹ ਹੁਣ ਕੀ ਕਰਨਗੇ ਅਗਰ ਉਹ ਇੰਡੀਆ ਦੇ ਵਿੱਚ ਪੈਸਾ ਭੇਜਦੇ ਹਨ ਤੋਂ ਦੇ ਵਿੱਚ ਵੀ ਹੁਣ ਸਰਕਾਰ ਨੂੰ ਸਾਰਾ ਕੁਝ ਪਤਾ ਲੱਗਦਾ ਕਿਉਂਕਿ ਇੱਕ ਨੰਬਰ ਦੇ ਵਿੱਚੋਂ ਪੈਸਾ ਭੇਜਿਆ ਜਾਂਦਾ ਹੈ ਦੋ ਨੰਬਰ ਦੇ ਵਿੱਚ ਹੁਣ ਅੱਗੇ ਵਾਲੀਆਂ ਗੱਲਾਂ ਬਿਲਕੁਲ ਨਹੀਂ ਰਹੀਆਂ ਹੁਣ ਬਹੁਤ ਜ਼ਿਆਦਾ ਮੁਸ਼ਕਲ ਪਰੇਸ਼ਾਨੀ ਬੰਦੇ ਨੂੰ ਹੋ ਸਕਦੀ ਹੈ ਅਗਰ ਕੋਈ ਬੰਦਾ ਇਲੀਗਲ ਕੰਮ ਜਿਹੜਾ ਕਰਦਾ ਹੈ ਬਾਕੀ ਸਪੋਜ਼ ਕਰੋ ਕਿ ਤੁਸੀਂ ਅੱਜ ਦੇ ਦਿਨ ਦੇ ਵਿੱਚ ਇਟਲੀ ਤੋਂ ਇੰਡੀਆ ਦੇ ਵਿੱਚ ਆਪਣੇ ਬੈਂਕ ਦੇ ਵਿੱਚ ਪੈਸੇ ਭੇਜ ਦਿਓ ਤੁਸੀਂ ਦੇਖਦੇ ਹੋ ਕਿ ਅੱਜ ਇੰਡੀਆ ਦਾ ਰੇਟ ਜਿਹੜਾ ਹੈ ਜੀ 85 ਰੁਪਏ ਚੱਲ ਰਿਹਾ ਇੱਕ ਯੂਰੋ ਤੁਸੀਂ 1000 ਯੂਰੋ ਜਿਹੜਾ ਹੈ ਜੀ ਉਹ ਮੰਨ ਲਓ ਸੁਪੋਜ਼ ਕਰੋ ਇੰਡੀਆ ਭੇਜ ਦਿੱਤਾ ਉਸ ਦਾ 85000 ਯੂਰੋ ਤੁਹਾਡੇ ਅਕਾਊਂਟ ਦੇ ਵਿੱਚ ਜਾ ਕੇ ਬਣ ਜਾਂਦਾ ਹੈ ਹੁਣ ਇੰਡੀਆ ਦੇ ਵਿੱਚ ਕੀ ਹੋਏਗਾ ਕਿ 85000 ਯੂਰੋ ਜਿਹੜਾ ਹੈ ਜੀ ਮਤਲਬ 1000 ਯੂਰੋ ਦੇ ਬਰਾਬਰ ਹੈ ਥੋੜੀ ਦੇਰ ਬਾਅਦ ਜਿਹੜਾ ਰੇਟ ਹੈ ਜੀ ਉਹ 90 ਯੂਰੋ 1 ਯੂਰੋ ਦਾ 90 ਤੱਕ ਪਹੁੰਚ ਜਾਂਦਾ ਹੈ ਹੁਣ 90 ਦੇ ਵਿੱਚ ਕੀ ਹੋਏਗਾ ਕਿ ਤੁਹਾਡਾ ਜਿਹੜਾ 85000 ਰੁਪਏ ਸੀ ਉਸ ਦੀ ਜਿਹੜੀ ਕੀਮਤ 1000 ਤੋਂ ਵੀ ਘੱਟ ਚੁੱਕੀ ਹੈ ਕਿਉਂਕਿ ਹੁਣ ਤੁਹਾਡੇ ਕੋਲ 1000 ਯੂਰੋ ਬਣਾਉਣ ਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਘਾਟਾ ਪੈਏਗਾ ਅਗਰ ਤੁਸੀਂ ਇੰਡੀਆ ਵਾਲੇ ਖਾਤੇ ਦੇ ਵਿੱਚ ਵੀ ਪੈਸਾ ਭੇਜਦੇ ਹੋ ਫਿਰ ਦੂਆਰਾ ਅਗਰ ਤੁਹਾਨੂੰ ਇੱਥੇ ਲੋਡ ਪੈਂਦੀ ਹੈ ਉਸ ਪੈਸੇ 'ਤੇ ਫਿਰ ਦੂਆਰਾ ਉਸ ਦੇ ਉੱਤੇ ਵੀ ਪੈਸੇ ਵਗੈਰਾ ਲੱਗਦੇ ਹਨ ਇੱਥੇ ਆ ਕੇ ਮੰਗਵਾਉਣ ਦੇ ਕਿਉਂਕਿ ਉਸ ਦੇ ਉੱਤੇ ਵੀ ਕੁਝ ਟੈਕਸ ਵਗੈਰਾ ਲੱਗਦਾ ਹੈ ਕੁਝ ਕਮਿਸ਼ਨ ਦੇਣਾ ਪੈਂਦਾ ਹੈ ਕੁਝ ਪਰਸੈਂਟ ਇਸ ਤਰ੍ਹਾਂ ਇਸ ਪ੍ਰੋਬਲਮ ਦਾ ਜਿਹੜਾ ਹੱਲ ਹੈ ਜੀ ਉਹ ਹੁਣ ਤੁਸੀਂ ਆਪ ਹੀ ਸੋਚਣਾ ਹੈ ਕਿ ਅਗਰ ਕਿਸੇ ਵੀਰ ਦੇ ਕੋਲ ਜ਼ਿਆਦਾ ਪੈਸਾ ਆ ਰਿਹਾ ਹੈ ਮਤਲਬ ਜਿਹੜੇ ਸੈਲਰੀ ਦੇ ਹਿਸਾਬ ਦੇ ਨਾਲ ਤਾਂ ਉਸ ਨੂੰ ਕਿੱਥੇ ਅਡਜਸਟ ਕਰਨਾ ਹੈ ਉਸ ਬੰਦੇ ਨੇ ਕਿਉਂਕਿ ਸਰਕਾਰ ਇਹੀ ਚਾਹੁੰਦੀ ਹੈ ਕਿ ਜਿਹੜਾ ਪੈਸਾ ਹੈ ਇਸ ਦਾ ਜਿਹੜਾ ਫਲੋ ਹੈ ਜੀ ਬਿਲਕੁਲ ਰੁਕੇ ਨਾ ਇਹ ਪੈਸਾ ਹੈ ਜੀ ਮੂਵਮੈਂਟ ਦੇ ਵਿੱਚ ਰਹੇ ਇਹ ਪੈਸਾ ਚੱਲਦਾ ਰਿਹਾ ਜਿੱਦਾਂ ਕਿ ਤੁਸੀਂ ਪੈਸਾ ਕਮਾਉਂਦੇ ਹੋ ਕੰਮ ਕਰਕੇ ਫੈਕਟਰੀ ਦੇ ਵਿੱਚ ਮਾਲਕ ਤੁਹਾਨੂੰ ਪੈਸਾ ਦਿੰਦਾ ਹੈ ਇਸੇ ਤਰ੍ਹਾਂ ਤੁਸੀਂ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਉਸ ਪੈਸੇ ਨੂੰ ਕਿਰਾਏ ਦੇ ਰੂਪ ਦੇ ਵਿੱਚ ਜਾਂ ਬੈਂਕ ਦੀ ਜਿਹੜੀ ਕਿਸ਼ਤ ਮਕਾਨ ਦੀ ਉਸ ਦੇ ਰੂਪ ਦੇ ਵਿੱਚ ਗੱਡੀ ਦੀ ਸੀਕਰ ਸੋਨੀ ਦੇ ਰੂਪ ਦੇ ਵਿੱਚ ਸਪੀਜ਼ਾ ਕਰ ਦਿਓ ਮਤਲਬ ਉਹ ਪੈਸਾ ਤੁਸੀਂ ਬੈਂਕਾਂ ਦੇ ਵਿੱਚ ਰੱਖਣ ਦੀ ਬਜਾਏ ਉਸ ਪੈਸੇ ਨੂੰ ਜਾ ਤੋ ਜਿਆਦਾ ਖਰਚੋ ਜਾਤੋ ਜਿਆਦਾ ਕੋਈ ਵੀ ਬੰਦਾ ਜਿਹੜਾ ਪੈਸਾ ਮਾਰਕੀਟ ਦੇ ਵਿੱਚ ਜਦੋਂ ਖਰਚੇਗਾ ਕਈ ਤੁਸੀਂ ਨਵਾਂ ਟੀਵੀ ਖਰੀਦਦੇ ਹੋ ਫਰਿੱਜ ਖਰੀਦਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਪ੍ਰੋਡਕਸ਼ਨ ਹੋਰ ਜਿਆਦਾ ਵੱਧਦੀ ਹੈ ਉਹਦੇ ਨਾਲ ਫੈਕਟਰੀਆਂ ਵਿੱਚ ਕੰਮ ਜਿਆਦਾ ਵੱਧਦੇ ਹਨ ਸਰਕਾਰ ਇਸ ਕਰਕੇ ਚਾਹੁੰਦੀ ਹੈ ਕਿ ਜਿਹੜਾ ਪੈਸੇ ਦਾ ਫਲੋ ਜਿਆਦਾ ਮਾਰਕੀਟ ਦੇ ਵਿੱਚ ਵਧੇ ਜਿਹਦੇ ਨਾਲ ਕੰਮਕਾਰ ਵਧਣ ਕਿਉਂਕਿ ਜਿਹੜਾ ਪਿਆ ਹੋਇਆ ਪੈਸਾ ਜਾਂ ਸੋਨੇ ਤੇ ਲੱਗਾ ਹੋਇਆ ਪੈਸਾ ਜਿਹੜਾ ਇਹ ਬੇਕਾਰ ਹੋ ਜਾਂਦਾ ਹੈ ਇਕਨੋਮੀ ਦੇ ਵਿੱਚ ਕੋਈ ਵੀ ਫਾਇਦਾ ਨਹੀਂ ਕਰ ਪਾਉਂਦਾ ਬਾਕੀ ਸਾਡੀ ਆਪਣੀ ਸੋਚ ਵੀ ਇਹੀ ਹੈ ਕਿ ਅਗਰ ਤੁਹਾਡਾ ਸਿਸਟਮ ਇਹੋ ਜਿਹਾ ਬਣ ਚੁੱਕਾ ਹੈ ਕਿ ਜਿਹੜੀ ਆਮਦ ਦੇ ਪੈਸੇ ਦੀ ਉਹ ਜ਼ਿਆਦਾ ਆ ਰਹੀ ਹੈ ਤੇ ਬੈਂਕ ਵਿੱਚ ਪੈਸਾ ਰੱਖਣ ਦੀ ਜਗ੍ਹਾ ਦੇ ਉੱਤੇ ਉਸ ਪੈਸੇ ਦਾ ਜਿਹੜਾ ਬੰਦੇ ਨੂੰ ਉਪਯੋਗ ਕਰਨਾ ਚਾਹੀਦਾ ਹੈ ਆਪਣੀਆਂ ਜਿਹੜੀਆਂ ਊਮਾਂਗਾਂ ਹਨ ਮੰਦੀਆਂ ਉਹ ਪੂਰੀਆਂ ਜ਼ਰੂਰ ਬੰਦੇ ਨੂੰ ਕਰਨੀ ਚਾਹੀਦੀਆਂ ਹਨ ਬਾਕੀ ਜੇ ਕਿਸੇ ਦੇ ਕੋਲ ਇੱਕ ਬੰਦਾ ਕੰਮ ਕਰ ਰਿਹਾ ਉਸ ਦਾ ਤਾਂ ਫਿਰ ਜਿਹੜਾ ਸਾਵਾ ਸਿਕਾ ਹੀ ਬਰਾਬਰ ਚੱਲਦਾ ਹੈ ਤੇ ਉਸ ਦੇ ਵਾਸਤੇ ਫਿਰ ਜਿਹੜੀ ਇਹ ਚੀਜ਼ਾਂ ਹਨ ਕਿ ਆਪਣੇ ਮਨ ਮਰਜ਼ੀ ਨਾਲ ਕੋਈ ਚੀਜ਼ਾਂ ਲੈਣੀਆਂ ਜਾਂ ਕਿ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਉਸ ਦੇ ਵਾਸਤੇ ਫਿਰ ਮੁਸ਼ਕਲ ਹੁੰਦੀਆਂ ਹਨ ਉਹ ਬੰਦਾ ਆਪਣਾ ਸੋਚ ਕੇ ਹੀ ਦੇਖ ਪਰਖ ਕੇ ਚੱਲਣਾ ਚਾਹੀਦਾ ਬਾਕੀ ਜਿਹੜਾ ਅਪਡੇਟ ਹੈ ਜੀ ਇਹ ਅਪਡੇਟ ਕੋਈ ਚੰਗੀ ਗੱਲ ਨਹੀਂ ਹੈ ਅਗਰ ਤੁਹਾਡਾ ਆਪਣਾ ਹੀ ਮਿਹਨਤ ਦੇ ਨਾਲ ਕਮਾਇਆ ਹੋਇਆ ਪੈਸਾ ਹੈ ਉਸੇ ਉੱਤੇ ਵੀ ਤੁਹਾਨੂੰ ਰੱਖਣ ਦੇ ਵਾਸਤੇ ਸੇਫ ਇੱਕ ਟੈਕਸ ਵਗੈਰਾ ਦੇਣਾ ਪਏਗਾ ਤੇ ਜਿਹੜਾ ਕਿ ਇੱਕ ਬਹੁਤ ਹੀ ਬੁਰੀ ਖਬਰ ਹੈ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਮਿਲਾਂਗੇ ਜੀ ਵੀਡੀਓ ਦੇਖੀ ਧੰਨਵਾਦ